ਆਪਣੇ ਇੱਕ ਸੇਵਕ ਮਿਸਤਰੀ ਕਰਤਾਰ ਸਿੰਘ ਨੂੰ ਗਿਆਨ ਦੀ ਦਾਤ ਬਖਸ਼ਿਸ਼ ਕਰਦਿਆਂ ਦੱਸਿਆ ਕਿ ਜਦੋਂ ਤੂੰ ਥਿਰ ਹੋ ਕੇ ਬੈਠਦਾ ਹੈ ਉਦੋਂ ਤੂੰ ਹੀ ਰਾਮ ਹੈ, ਜਦੋਂ ਤੂੰ ਕਰਮ ਕਾਂਡ ਕਰ ਰਿਹਾ ਹੈ ਉਦੋਂ ਜਗਤ ਰੂਪ ਹੋ ਕੇ ਤੂੰ ਹੀ ਫਿਰ ਰਿਹਾ ਹੈ। ਤੂੰ ਖੁਦਾ ਹੈ ਪਰ ਖੁਦ ਹੀ ਕਰਕੇ ਖੁਦਾ ਤੋਂ ਅਲੱਗ ਹੈ, ਖੁਦ ਹੀ ਛੱਡ ਦੇ ਤੂੰ ਹੀ ਖੁਦਾ ਹੈ। ਜੇ ਤੂੰ ਜਾਤ ਸਤ ਰੱਖੇ, ਜੇ ਤੇਰਾ ਭਾਂਡਾ ਸੁੱਚਾ ਰਹੇ ਤਾਂ ਤੇਰੇ ਮੇਰੇ ਵਿੱਚ ਕੋਈ ਭਿੰਨ ਭੇਦ ਨਹੀਂ। ਜਦੋਂ ਤੂੰ ਸ਼ੁੱਧ ਕਰਮ ਨਹੀਂ ਕਰਦਾ, ਖਾਣ ਪੀਣ ਅਸ਼ੁੱਧ ਹੋ ਜਾਂਦਾ ਹੈ, ਉਦੋਂ ਤੂੰ ਖੁਦਾ ਨਹੀਂ ਰਹਿੰਦਾ। ਤੂੰ ਖੁਦਾ ਹੈ ਵੀ ਅਤੇ ਨਹੀਂ ਵੀ, ਜਦੋਂ ਤੂੰ ਮਾਲਕ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ ਉਦੋਂ ਤੂੰ ਹੀ ਖੁਦਾ ਹੈ। ਆਪ ਦਾ ਬਚਨ ਹੈ ਬੰਦੇ ਨੂੰ ਖੁਦਾ ਤੋਂ ਵੱਖਰਾ ਇਹਦੀ ਖੁਦ ਹੀ ਕਰਦੀ ਹੈ, ਇਹਦੀ ਹਉਮ ਹੈ। ਜਦੋਂ ਇਹਦੀ ਖੁਦ ਹੀ ਮਰ ਗਈ ਸਮਝੋ ਖੁਦਾ ਬਣ ਗਿਆ, ਖੁਦ ਹੀ ਮੂਈ ਖੁਦਾ ਹੋਆ, ਅਹੰ ਤੋਰੋ ਮੁੱਖ ਜੋਰੋ, ਬੰਦਾ ਹੀ ਰੱਬ ਆ। ਜੇ ਇਹਨੂੰ ਇਹ ਗੱਲ ਦਾ ਗਿਆਨ ਹੋ ਜਾਵੇ ਤਾਂ ਸੰਤ ਆਪਣੀ ਰਸਨਾ ਤੋਂ ਬਚਨ ਕਰਦੇ ਹੁੰਦੇ ਸਨ, ਸਣ ਜੋੜੀ ਸਣ ਕੱਪੜੀ ਬਣਿਆ ਤਣਿਆ ਖੁਦਾ, ਜੇ ਇਹਨੂੰ ਇਹ ਨਿਹਚਾ ਨਹੀਂ ਉਹਨੂੰ ਭਿਆ ਸਦਾ। ਬੰਦਾ ਆਪਣੀ ਵਡਿਆਈ ਚਾਹੁੰਦਾ ਹੈ, ਨਿੰਦਿਆ ਨਹੀਂ ਚਾਹੁੰਦਾ। ਜਦੋਂ ਇਹ ਆਪਣੀ ਵਡਿਆਈ ਦੀ ਭੁੱਖ ਮਾਰ ਲਵੇ ਤਾਂ ਇਹਨੂੰ ਨਿੰਦਿਆ ਵੀ ਨਹੀਂ ਪਾਉਂਦੀ, ਤਾਂ ਧਾ ਠੱਡਣਾ ਨਹੀਂ ਹੁੰਦਾ, ਦੁੱਖ ਵਿੱਚ ਰੋਂਦਾ ਨਹੀਂ, ਸੁੱਖ ਵੇਲੇ ਫੁੱਲਦਾ ਨਹੀਂ, ਆਨੰਦ ਵਿੱਚ ਰਹਿੰਦਾ ਹੈ, ਸ਼ਬਦ ਨਾਲ ਜੁੜਿਆ ਰਹਿੰਦਾ ਹੈ। ਗੱਲ ਤਾਂ ਸਿਰਫ ਇੰਨੀ ਹੈ ਕਿ ਹਉਮੈ ਛੱਡੇ ਅਤੇ ਰੱਬ ਨੂੰ ਕਰਤਾ ਮੰਨ ਲਵੇ। ਜਿਸ ਦਿਨ ਇਹਨੇ ਰੱਬ ਨੂੰ ਕਰਤਾ ਮੰਨ ਲਿਆ ਇਹਦੀ ਸਾੜੀ ਦੌੜ ਭੱਜ ਮੁੱਕ ਜਾਂਦੀ ਆ, ਵੈਰ ਵਿਰੋਧ ਮੁੱਕ ਜਾਂਦੇ ਹਨ। ਹਉਮੈ ਛੱਡ ਕੇ ਤਾਂ ਵੇਖੋ ਕਿੰਨਾ ਆਨੰਦ ਹੈ, ਬਹੁਤੇ ਤਿਆਗ ਦੀ ਤਾਂ ਲੋੜ ਹੀ ਨਹੀਂ, ਆਪਣੇ ਆਪ ਦਾ ਤਿਆਗ ਕਰਨਾ ਹੈ। ਜੇ ਬੰਦਾ ਗਿਆਨ ਚਾਹੁੰਦਾ ਤਾਂ ਮਰਨ ਤੋਂ ਪਹਿਲਾਂ, ਦੇਹ ਛੱਡਣ ਤੋਂ ਪਹਿਲਾਂ ਇੱਕ ਵਾਰ ਮਰਨਾ ਪੈਂਦਾ। ਜਿਹੜਾ ਇੱਥੇ ਰਹਿੰਦਿਆਂ ਮਾਇਆ ਵੱਲੋਂ ਹਉਮੈ ਵੱਲੋਂ ਨਹੀਂ ਮਰਦੇ ਉਹਨਾਂ ਨੂੰ ਵਾਰ ਵਾਰ ਮਰਨਾ ਪੈਂਦਾ ਹੈ। ਜਿਹੜੇ ਜਿਉਂਦੇ ਜੀ ਇੱਕ ਵਾਰੀ ਮਰ ਜਾਂਦੇ ਹਨ ਉਹ ਅਮਰ ਹੋ ਜਾਂਦੇ ਹਨ, ਸਦਾ ਸਦਾ ਲਈ ਜੀਵਤ ਹੋ ਗਏ। ਜਨਮ ਮਰਨ ਦਾ ਬੇੜ ਕੱਟੇ ਗਏ, ਸਗੋਂ ਹੋਰਨਾਂ ਦੇ ਕੱਟਣ ਯੋਗ ਵੀ ਪ੍ਰਭੂ ਨੇ ਕਰ ਦਿੱਤੇ। ਇੱਕ ਵਾਰੀ ਇੱਕ ਮਾਤਾ ਭਾਗੋਵਾਲ ਤੋਂ ਆਪ ਜੀ ਦੇ ਦਰਸ਼ਨ ਕਰਨ ਆਈ ਅਤੇ ਆਪ ਨੇ ਉਸ ਮਾਤਾ ਨੂੰ ਕਿਹਾ ਕਿ ਨਿਹੰਗ ਡਾਕਟਰ ਸੇਵ ਸਿੰਘ ਜੀ ਆਉਂਦਾ ਆਉਂਦਾ ਸੀ ਭਾਗੋਵਾਲ ਤੋਂ, ਮਰ ਗਿਆ ਕਿ ਹੈਗਾ? ਉਹ ਮਾਈ ਇੱਕਦਮ ਕਹਿਣ ਲੱਗੀ, ਨਾ ਜੀ ਬਿਲਕੁਲ ਠੀਕ ਆ, ਸੁਖੀ ਸਾਂਦੀ ਰਾਜੀ ਖੁਸ਼ ਹੈ, ਆਪ ਨੇ ਬਚਨ ਕੀਤਾ ਨਹੀਂ, ਉਹ ਮਰ ਗਿਆ। ਮਾਤਾ ਘਬਰਾਈ ਹੋਈ ਕਹਿਣ ਲੱਗੀ, ਨਾ ਜੀ ਰੱਬ ਸੁੱਖ ਰੱਖੇ, ਉਹ ਬਿਲਕੁਲ ਰਾਜੀ ਬਾਜੀ ਹੈ, ਉਹ ਤਾਂ ਬੜੇ ਪਿਆਰ ਨਾਲ ਬਾਣੀ ਪੜ੍ਹਦਾ, ਠੀਕ ਠਾਕ ਹੈ ਜੀ। ਤੀਜੀ ਵਾਰੀ ਹੁਣ ਸੰਤਾਂ ਨੇ ਕਿਹਾ, ਜਿਹੜੀ ਗੱਲ ਤੈਨੂੰ ਮੈਂ ਕਹਿੰਦਾ ਉਹ ਤੈਨੂੰ ਸਮਝ ਨਹੀਂ ਲੱਗਦੀ, ਨਿਹੰਗ ਮਰ ਗਿਆ। ਜਦ ਤੱਕ ਇਹ ਸੰਸਾਰ ਵੱਲੋਂ ਮਰਦਾ ਨਹੀਂ ਇਹ ਨਿਰੰਕਾਰ ਵੱਲ ਜਿਉਂਦਾ ਨਹੀਂ ਹੋ ਸਕਦਾ। ਆਪ ਬਚਨ ਕਰਦੇ ਹੁੰਦੇ ਸਨ ਕਿ ਇਹ ਬੰਦਾ ਜਿੰਨਾ ਵੀ ਨੀਵਾਂ ਬਣ ਕੇ ਰਹੇ ਉਹਨਾਂ ਹੀ ਦੁੱਖਾਂ ਕਲੇਸ਼ਾਂ ਤੋਂ ਬਚਿਆ ਰਹਿੰਦਾ। ਗੁਰਦੁਆਰੇ ਸੇਵਾ ਕਰਨੀ ਆ ਤਾਂ ਜਹੇਦਾਰ ਬਣ ਕੇ ਨਹੀਂ, ਝਾੜੂ ਬਰਦਾਰ ਬਣ ਕੇ ਜਾਣਾ ਚਾਹੀਦਾ। ਜੇ ਕੋਈ ਬਾਹਰੋਂ ਗਲਤੀ ਕਰਕੇ ਗੁਰੂ ਘਰ ਆ ਕੇ ਮਾਫ਼ੀ ਮੰਗ ਲਵੇ ਤਾਂ ਬਖਸ਼ਿਆ ਜਾਵੇਗਾ, ਪਰ ਜੇ ਗੁਰੂ ਘਰ ਰਹਿ ਕੇ ਜਾਣ ਬੁੱਝ ਕੇ ਗਲਤੀਆਂ ਕਰੇ ਤਾਂ ਬਖਸ਼ਿਆ ਨਹੀਂ ਜਾਵੇਗਾ। ਇਸ ਲਈ ਨੀਵੇਂ ਬਣ ਕੇ ਰਹੋ, ਅੱਜ ਤੱਕ ਕੋਈ ਪੱਗ ਨੂੰ ਮਾਇਆ ਲਾ ਕੇ ਭਾਵ ਹੰਕਾਰੀ ਹੋ ਕੇ ਨਹੀਂ ਲੰਘਿਆ, ਜੋ ਵੀ ਲੰਘਿਆ ਨੀਵਾਂ ਬਣ ਕੇ ਲੰਘਿਆ। ਮਿੱਠਾ ਬੋਲ ਨਿਉਂ ਕੇ ਚੱਲ ਕੁਝ ਹੱਥੋਂ ਦੇ, ਦੇਵਤਿਆਂ ਦੀ ਕਚਹਿਰੀ ਨੂੰ ਇਹ ਰਾਹ ਜਾਂਦਾ। ਇਸ ਸੰਸਾਰ ਵਿੱਚ ਜਿੰਨਾ ਚਿਰ ਪਰਾਹੁਣਾ ਬਣ ਕੇ ਰਹੇ, ਮਨ ਨਾ ਲਗਾਵੇ, ਖਚਿੱਤ ਨਾ ਹੋਵੇ, ਮਾਲਕ ਬਣ ਕੇ ਨਾ ਰਹੇ, ਜਦੋਂ ਮਾਲਕ ਬਣ ਕੇ ਰਹਿਣ ਲੱਗ ਪਿਆ ਸਮਝੋ ਉਲਝ ਗਿਆ। ਪ੍ਰਾਹੁਣੇ ਨੂੰ ਕੋਈ ਲਗਾਵ ਨਹੀਂ ਹੁੰਦਾ, ਇੱਕ ਦਿਨ ਬਤੀਤ ਹੋ ਗਿਆ ਚਲੋ ਠੀਕ ਆ, ਜਦੋਂ ਪ੍ਰਾਹੁਣਾ ਚੰਗਾ ਬਣ ਕੇ ਰਹੇ ਤਾਂ ਲੋਕ ਕਹਿੰਦੇ ਪ੍ਰਾਹੁਣਿਆ ਫਿਰ ਆਵੀਂ। ਜਿੱਥੋਂ ਦੀ ਜਾਊ ਖੁਸ਼ਬੋ ਵੰਡਦਾ ਜਾਊ, ਸੰਸਾਰ ਤੋਂ ਜਾਓਗੇ ਤਾਂ ਲੋਕ ਤੁਹਾਨੂੰ ਯਾਦ ਕਰਨਗੇ। ਮੋਹ ਮਾਇਆ ਜਾਂ ਨਾ ਫਸੇ, ਦੇਹ ਦਾ ਮੋਹ ਸਭ ਤੋਂ ਵੱਡਾ ਹੈ। ਇਸ ਰੂਹ ਨੂੰ ਇਹ ਝੱਗਾ ਮਿਲਿਆ ਹੋਇਆ ਹੈ ਕੁਝ ਦੇਰ ਪਾਉਣ ਲਈ, ਇਸ ਤੋਂ ਵੱਧ ਇਸ ਨੂੰ ਕੁਝ ਨਾ ਜਾਣੇ।
ਜੇ ਝੱਗੇ ਦਾ ਬਟਨ ਲੱਥ ਜਾਵੇ ਤਾਂ ਸ਼ਰਮ ਮਹਿਸੂਸ ਕਰਦਾ ਹੈ। ਅਸਾਂ ਬਟਨ ਲਵਾਇਆ ਨਹੀਂ ਜਪ ਮੁਕਾ ਛੱਡਿਆ। ਇਹ ਬੰਦਾ ਜੇ ਡਿੱਗ ਪਵੇ ਤਿਲਕ ਪਵੇ ਤਾਂ ਸ਼ਰਮ ਮਹਿਸੂਸ ਹੁੰਦੀ ਹੈ, ਅਸਲ ਵਿੱਚ ਅੰਦਰੋਂ ਵਡਿਆਈ ਮੰਗਦਾ, ਲੋਕਾਂ ਦੀਆਂ ਨਜ਼ਰਾਂ 'ਚ ਚੰਗਾ ਬਣਨਾ ਚਾਹੁੰਦਾ। ਗੁਰੂ ਅੱਗੇ ਸੀਸ ਭੇਟ ਕਰਨਾ ਪੈਣਾ ਹੈ, ਇਸ ਤੋਂ ਘੱਟ ਕੰਮ ਨਹੀਂ ਚੱਲੇਗਾ। ਜਨਮ ਮਰਨ ਦਾ ਗੇੜ ਤਾਂ ਹੀ ਮੁੱਕੇਗਾ। ਇੱਕ ਜਗਿਆਸੂ ਨੇ ਬੇਨਤੀ ਕੀਤੀ, ਜੀ ਕਿਰਪਾ ਕਰ ਦਿਓ। ਆਪ ਕਹਿਣ ਲੱਗੇ, ਕੀ ਕਿਰਪਾ? ਕਹਿੰਦਾ, ਜੀ ਬਸ ਨਿੱਜ ਸਰੂਪ ਦੀ ਪਛਾਣ ਕਰਨੀ ਹੈ, ਵਿਕਾਰਾਂ ਤੋਂ ਬਚਣਾ ਹੈ, ਹੋਰ ਕੀ ਕਰਨਾ ਹੈ। ਸਮਾਧੀ ਦੀ ਕੋਈ ਲੋੜ ਹੀ ਨਹੀਂ, ਸੰਕਲਪਾਂ ਵਿਕਲਪਾਂ ਤੋਂ ਪਰੇ ਰਹੋ, ਅਫੁਰ ਟਿਕਿਆ ਰਹੇ, ਇਹ ਕੰਮ ਕਰ, ਗੁਰੂ ਅੱਗੇ ਆਪਣਾ ਆਪ ਸਮਰਪਣ ਕਰ ਦੇ। ਜਦ ਤੱਕ ਇਹ ਆਪਣੀਆਂ ਸਾਰੀਆਂ ਗੰਢਾਂ ਨਹੀਂ ਖੋਲਦਾ, ਇਹਦੀ ਖੁਲਾਸੀ ਨਹੀਂ ਹੁੰਦੀ। ਮੇਰ ਤੇਰ ਛੱਡੋ, ਸਮ ਦ੍ਰਿਸ਼ਟੀ ਧਾਰਨ ਕਰੇ। ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਢਾਹੇ, ਮਨ ਨੂੰ ਪੱਧਰਾ ਕਰੇ, ਸਭ 'ਚੋਂ ਇੱਕ ਜੋਤ ਵੇਖੇ, ਦੂਜਾ ਕੁਝ ਹੈ ਹੀ ਨਹੀਂ। ਬੁਰਾ ਭਲਾ ਤਿਚਰ ਆਖਦਾ, ਜਿਚਰ ਹੈ ਦੁਹ ਮਾਹੇ, ਸਭ ਆਤਮ ਰਾਮ ਪਸਾਰਿਆ, ਜਿਹੜਾ ਪਰ ਧਨ ਪਰ ਧਨ ਪਰ ਨਿੰਦਾ ਤੋਂ ਬਚ ਗਿਆ, ਪਰ ਨਾਰੀ ਤੋਂ ਬਚ ਗਿਆ, ਉਹ ਸਮਝੋ ਗੁਰੂ ਨਾਨਕ ਦੇ ਬੋਝੇ ਵਿੱਚ ਹੈ। ਰਸਾਂ ਕਸਾਂ ਤੋਂ ਉੱਪਰ ਇਹ ਜਤ ਸਤ ਰੱਖੇ, ਜਤ ਰੱਖਿਆ ਜੋਤ ਜਗਣੀ ਹੈ, ਨੁਕਸ ਬੇਨੀਆਂ ਛੱਡੇ, ਸਿੱਧਾ ਸਾਦਾ ਰਹੇ, ਕਿਸੇ ਦਾ ਦਿਲ ਨਾ ਦਿਖਾਵੇ। ਇਸ ਨੂੰ ਨਾਮ ਦੀ ਜਾਗ ਸੰਗਤ ਵਿੱਚੋਂ ਲੱਗਣੀ ਹੈ, ਸੰਗਤ ਨਾ ਛੱਡੇ, ਇਹ ਸਭ ਤੋਂ ਵੱਡਾ ਤੀਰਥ ਹੈ।